ਦੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ ਸਾਰੇ ਦੋਸਤਾਂ ਨੂੰ ਜੈ ਯਿਸੂ ਮਸੀਹ ਪਿਆਰੇ ਦੋਸਤੋ ਆਓ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ ਅੱਜ ਦਾ ਪਹਿਲਾ ਪਾਠ ਆਮੋਸ ਦੀ ਪੁਸਤਕ ਉਸ ਦਾ ਤੀਸਰਾ ਅਧਿਆਇ 1 ਤੋਂ 8 ਤੱਕ ਚੌਥਾ ਅਧਿਆਇ 11 ਤੇ 12 ਹੈ ਅੱਜ ਦੀ ਅੰਜੀਲ ਮੱਤੀ ਦੀ ਉਸ ਦਾ 8ਵਾਂ ਅਧਿਆਇ 23 ਤੋਂ ਲੈ ਕੇ 27 ਤੱਕ ਪਿਆਰੇ ਦੋਸਤੋ ਅੱਜ ਦੇ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਆਪਣੇ ਚੇਲਿਆਂ ਦੇ ਨਾਲ ਬੇੜੀ ਦੇ ਵਿੱਚ ਸਮੁੰਦਰ ਦੇ ਵਿੱਚ ਆਉਂਦੇ ਹਨ ਅਤੇ ਅਚਾਨਕ ਸਮੁੰਦਰ ਦੇ ਵਿੱਚ ਇੱਕ ਵੱਡਾ ਤੂਫਾਨ ਆ ਜਾਂਦਾ ਹੈ ਅਤੇ ਤੂਫਾਨ ਦੇ ਕਾਰਨ ਚੇਲੇ ਇੰਨੇ ਜ਼ਿਆਦਾ ਡਰ ਜਾਂਦੇ ਹਨ ਕਿ ਉਹ ਸੁੱਤੇ ਹੋਏ ਯਿਸੂ ਨੂੰ ਆਵਾਜ਼ਾਂ ਮਾਰਦੇ ਹਨ ਜਗਾਉਂਦੇ ਹਨ ਕਹਿੰਦੇ ਹਨ ਪ੍ਰਭੂ ਜੀ ਸਾਨੂੰ ਬਚਾਓ ਅਸੀਂ ਡੁੱਬ ਰਹੇ ਅਤੇ ਪਿਆਰਿਓ ਪ੍ਰਭੂ ਯਿਸੂ ਮਸੀਹ ਉਹਨਾਂ ਤੋਂ ਇੱਕ ਸਵਾਲ ਕਰਦਾ ਹੈ ਕਿ ਤੁਹਾਡਾ ਈਮਾਨ ਕਿੰਨਾ ਘੱਟ ਹੈ ਅਤੇ ਨਾਲ ਹੀ ਸਮੁੰਦਰ ਦੀਆਂ ਲਹਿਰਾਂ ਨੂੰ ਡਾਂਟਦੇ ਹਨ ਅਤੇ ਇੱਕੋ ਦਮ ਹੀ ਸਮੁੰਦਰ ਸ਼ਾਂਤ ਹੋ ਜਾਂਦਾ ਹੈ ਕਿ ਚੇਲੇ ਆਪ ਇਹ ਗੱਲ ਕਹਿੰਦੇ ਹਨ ਕਿ ਦੇਖੋ ਸਮੁੰਦਰ ਦੀਆਂ ਲਹਿਰਾਂ ਵੀ ਇਸ ਦਾ ਕਹਿਣਾ ਮੰਨਦੀਆਂ ਹਾਂ ਪਿਆਰਿਓ ਸਾਡਾ ਪ੍ਰਭੂ ਮਹਾਨ ਪ੍ਰਭੂ ਹੈ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਸ੍ਰਿਸ਼ਟੀ ਨੂੰ ਚਲਾਉਣ ਵਾਲਾ ਹੈ ਅਤੇ ਹਰੇਕ ਕੁਦਰਤ ਦੇ ਜਿੰਨੀਆਂ ਵੀ ਇਸ ਧਰਤੀ ਦੇ ਉੱਤੇ ਜਿੰਨੀਆਂ ਵੀ ਚੀਜ਼ਾਂ ਹਨ ਸਭ ਉਸ ਦਾ ਕਹਿਣਾ ਮੰਨਦੀਆਂ ਹਨ ਅਸੀਂ ਵੀ ਉਸ ਪ੍ਰਭੂ ਦੇ ਉੱਤੇ ਪੂਰਾ ਭਰੋਸਾ ਰੱਖਣਾ ਹੈ ਸਾਡੀ ਜੋ ਜ਼ਿੰਦਗੀ ਜੀਵਨ ਰੂਪੀ ਜੋ ਬੇੜੀ ਹੈ ਇਹਦੇ ਵਿੱਚ ਵੀ ਅਸੀਂ ਕਈ ਵਾਰੀ ਬਹੁਤ ਸਾਰੀਆਂ ਹਨੇਰੀਆਂ ਤੂਫਾਨ ਆਉਂਦੇ ਹਨ ਦੁੱਖਾਂ ਅਤੇ ਮੁਸੀਬਤਾਂ ਦੇ ਤੂਫਾਨ ਉਸ ਵਕਤ ਅਸੀਂ ਵੀ ਯਿਸੂ ਨੂੰ ਜਗਾਉਣਾ ਹੈ ਯਿਸੂ ਨੂੰ ਪੁਕਾਰਨਾ ਹੈ ਜਿਸ ਤਰ੍ਹਾਂ ਚੇਲਿਆਂ ਨੇ ਯਿਸੂ ਨੂੰ ਪੁਕਾਰਿਆ ਸੀ ਅਤੇ ਪਿਆਰਿਓ ਪ੍ਰਭੂ ਯਿਸੂ ਮਸੀਹ ਸੱਚਮੁੱਚ ਸਾਡੀ ਦੁਆ ਨੂੰ ਸੁਣੇਗਾ ਸਾਡੀਆਂ ਜੋ ਵੀ ਪਰੇਸ਼ਾਨੀਆਂ ਨੇ ਉਹਨਾਂ ਸਭ ਨੂੰ ਸ਼ਾਂਤ ਕਰ ਦੇਵੇਗਾ ਜਿਸ ਤਰ੍ਹਾਂ ਉਸਨੇ ਅੱਜ ਤੂਫਾਨ ਨੂੰ ਸ਼ਾਂਤ ਕਰ ਦਿੱਤਾ ਅਤੇ ਨਾਲ ਹੀ ਨਾਲ ਪਿਆਰਿਓ ਅੱਜ ਪਾਕਮਾ ਕਲੀਸੀਆ ਰੋਮ ਦੇ ਪਹਿਲੇ ਸ਼ਹੀਦਾਂ ਦੀ ਅੱਜ ਈਦ ਮਨਾਉਂਦੀ ਹੈ ਕਲੀਸੀਆ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਪਹਿਲੀ ਸਦੀ ਦੇ ਵਿੱਚ ਬਹੁਤ ਸਾਰੇ ਈਸਾਈਆਂ ਦੇ ਉੱਤੇ ਜ਼ੁਲਮ ਹੋਏ ਅਤੇ ਇਤਿਹਾਸਕਾਰ ਟੈਕੀਕੁਸ ਆਪਣੀ ਪੁਸਤਕ ਦੇ ਵਿੱਚ ਲਿਖਦਾ ਹੈ ਕਹਿੰਦਾ ਹੈ ਕਿ ਉਸ ਸਮੇਂ ਨੀਰੋ ਬਾਦਸ਼ਾਹ ਨੇ ਈਸਾਈਆਂ ਦੇ ਉੱਤੇ ਇੰਨੇ ਜ਼ਿਆਦਾ ਜ਼ੁਲਮ ਕੀਤੇ ਬੇਰਹਿਮੀ ਦੇ ਨਾਲ ਉਸਨੇ ਉਹਨਾਂ ਨੂੰ ਜੰਗਲੀ ਜਾਨਵਰਾਂ ਦੇ ਅੱਗੇ ਸੁੱਟ ਦਿੱਤਾ ਕਈਆਂ ਦੇ ਸਰੀਰਾਂ ਨੂੰ ਅੱਗ ਦੀਆਂ ਮਸ਼ਾਲਾਂ ਬਣਾ ਕੇ ਗਲੀਆਂ ਦੇ ਵਿੱਚ ਰੋਸ਼ਨੀ ਕੀਤੀ ਗਈ ਕਈਆਂ ਨੂੰ ਤੀਰਾਂ ਦੇ ਨਾਲ ਵਿੰਨ ਦਿੱਤਾ ਗਿਆ ਹਾਂ ਪਿਆਰਿਓ ਇਹ ਸਾਰੀਆਂ ਈਮਾਨ ਦੀਆਂ ਸਾਡੇ ਲਈ ਮਿਸਾਲਾਂ ਨੇ ਈਮਾਨ ਦੀ ਗਵਾਹੀ ਹੈ ਅਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਈਮਾਨ ਦੇ ਵਿੱਚ ਪੱਕਿਆ ਰਹਿਣਾ ਹੈ ਈਮਾਨ ਦੀ ਜੋ ਗਵਾਹੀ ਹੈ ਲੋਕਾਂ ਸਾਹਮਣੇ ਦੇਣੀ ਹੈ ਆਓ ਅਸੀਂ ਅੱਜ ਇਹਨਾਂ ਵਚਨਾਂ ਨੂੰ ਮਨ ਦੇ ਵਿੱਚ ਰੱਖਦੇ ਹੋਏ ਪ੍ਰਾਰਥਨਾ ਕਰੀਏ ਕਿ ਈਮਾਨ ਵਿੱਚ ਪੱਕੇ ਰਹਿਣ ਦਾ ਫਜ਼ਲ ਮੰਗੋ ਹੱਥਾਂ ਨੂੰ ਜੋੜੋ ਅੱਖਾਂ ਨੂੰ ਬੰਦ ਕਰੋ ਪ੍ਰਾਰਥਨਾ ਕਰੀਏ ਪਿਆਰੇ ਖੁਦਾਵੰਦ ਅੱਜ ਦੇ ਦਿਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਨਾਲ ਅਸੀਂ ਅੱਜ ਪ੍ਰਾਰਥਨਾ ਕਰਦੇ ਹਾਂ ਕਿ ਸਾਡੀ ਜੀਵਨ ਰੂਪੀ ਬੇੜੀ ਦੇ ਵਿੱਚ ਆ ਕੇ ਹਰ ਤਰ੍ਹਾਂ ਦੀਆਂ ਹਨੇਰੀਆਂ ਨੂੰ ਹਰ ਤਰ੍ਹਾਂ ਦੇ ਤੂਫਾਨਾਂ ਨੂੰ ਸ਼ਾਂਤ ਕਰੋ ਅਤੇ ਖਾਸ ਕਰਕੇ ਸਾਨੂੰ ਵੀ ਈਮਾਨ ਵਿੱਚ ਪੱਕਿਆਂ ਰਹਿਣ ਦੀ ਸ਼ਕਤੀ ਦਿਓ ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ